ਤਰਨਤਾਰਨ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਦੇ ਨਾਲ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਮੰਤਵ ਦੇ ਨਾਲ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਦੇ ਵੱਲੋਂ ਸਕੂਲ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ। ਕਾਬਲੇ ਗੌਰ ਹੈ ਕਿ ਜ਼ਿਲ੍ਹੇ ਅੰਦਰ ਸਰਕਾਰੀ ਸਕੂਲਾਂ ਦੇ ਵਿੱਚ 2 ਲੱਖ ਦੇ ਕਰੀਬ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਨੇ। ਅਧਿਆਪਕਾਂ ਨੂੰ ਇਸ ਕਾਰਜ ਦੇ ਲਈ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇੱਕ ਵਿਸ਼ੇਸ਼ ਵਰਕਸ਼ਾਪ ਲਗਾ ਕੇ ਤਰਨ ਤਾਰਨ ਅਤੇ ਨਸ਼ਾ ਛਡਾਓ ਕੇਂਦਰ ਦੇ ਡਾਕਟਰ ਰਾਣਾ ਰਣਬੀਰ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਅਤੇ SPD ਐਸ ਮਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਸਨ। ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਸਾਡੇ ਵੱਲੋਂ ਮੈਂ ਅਤੇ SSP ਸਾਹਿਬ ਵੱਲੋਂ ਮਿਲ ਕੇ ਜ਼ਿਲ੍ਹੇ ਦੇ ਵਿੱਚ ਅਸੀਂ ਡਰੱਗ ਡਿਡਿਕਸ਼ਨ ਦੇ ਲਈ ਅਵੇਅਰਨੈਸ ਕੰਪੇਨ ਸ਼ੁਰੂ ਕੀਤੀ ਹੈ, ਜਿਸ ਦੇ ਵਿੱਚ ਅਸੀਂ ਪਹਿਲੀ ਫੇਜ਼ ਦੇ ਵਿੱਚ ਜਿਹੜਾ ਹੈ ਸਾਡੇ ਕੋਲ 328 ਸਕੂਲ ਨੇ, ਜਿਹਦੇ ਵਿੱਚ ਅੱਜ 50 ਸਕੂਲਾਂ ਦੇ 2-2 ਟੀਚਰ ਬੁਲਾਏ ਨੇ, ਜਿਨ੍ਹਾਂ ਨੂੰ ਇਹਨਾਂ ਨੂੰ ਟੋਟਲ ਡਰੱਗਸ ਦੇ ਕੀ ਹਾਰਮਸ ਨੇ, ਕਿਸ ਕਿਸ ਤਰ੍ਹਾਂ ਉਹ ਇਨਸਾਨ ਦੇ ਸਰੀਰ ਨੂੰ ਨੁਕਸਾਨ ਕਰਦੀ ਹੈ, ਕਿੱਦਾਂ ਡਰੱਗ ਅਡਿਕਸ਼ਨ ਹੁੰਦੀ ਹੈ ਅਤੇ ਇਸ ਤੋਂ ਬਚਣ ਲਈ ਕੀ ਉਪਰਾਲੇ ਕੀਤੇ ਜਾਣੇ ਚਾਹੀਦੇ। ਸਾਡਾ ਮੋਟੋ ਅਸੀਂ ਇਹ ਸੀ ਕਿ ਇਹਦੇ ਜਿੰਨੇ ਵੀ ਦੁਸ਼ਪ੍ਰਭਾਵ ਹੁੰਦੇ ਨੇ ਉਹਦੇ ਬਾਰੇ ਸਾਡੇ ਜਿਹੜੇ ਸਟੂਡੈਂਟਸ ਹੈ ਕੈਚ ਦਮ ਯੰਗ, ਉਹਨਾਂ ਦੀ ਅਸੀਂ ਜਿਹੜੀ ਪੋਲਿਸੀ 'ਤੇ ਚੱਲ ਕੇ ਇਹ ਇੰਸ਼ੋਰ ਕਰ ਰਹੇ ਕਿ ਉਹਨਾਂ ਨੂੰ ਇਹਦੇ ਬਾਰੇ ਅਵੇਅਰ ਕਰ ਰਹੇ ਹਾਂ। ਤਕਰੀਬਨ ਸਾਡੇ ਕੋਲ ਜਿਹੜਾ 328 ਸਕੂਲਾਂ ਦੇ ਵਿੱਚ 2 ਲੱਖ ਦੇ ਨਜ਼ਦੀਕ ਸਾਡੇ ਸਟੂਡੈਂਟ ਪੜ੍ਹਦੇ ਨੇ ਅਤੇ ਜਦੋਂ ਇਹ ਸਾਡੇ 50 ਪੇਜ ਹਰ ਸਕੂਲ ਦੇ ਵਿੱਚ ਅਸੀਂ 2-2 ਟੀਚਰ ਲਏ ਨੇ, 2 ਦੇ ਵੀ ਇਲੈਕਟ ਐਜ਼ ਏ ਨੋਡਲ ਆਫਿਸਰ। ਉਹ ਹਰ ਰੋਜ਼ ਪਹਿਲੇ 1 ਹਫ਼ਤਾ ਪ੍ਰੇਅਰ ਦੇ ਵਿੱਚ ਬੱਚਿਆਂ ਨੂੰ ਇਹ ਜਿਹੜੀਆਂ ਅਸੀਂ ਇਹਨਾਂ ਨੂੰ ਅੱਜ ਪ੍ਰੈਜੈਂਟੇਸ਼ਨ ਦੇ ਰਹੇ ਹਾਂ, ਉਹਨਾਂ ਦੇ ਬਾਰੇ ਜਾਣਕਾਰੀ ਦੇਣਗੇ, ਉਹਨਾਂ ਨੂੰ ਦੱਸਣਗੇ ਕਿ ਕਿਸ ਤਰ੍ਹਾਂ ਜਿਹੜਾ ਨਸ਼ਾ ਸਾਡੇ ਸਮਾਜ ਦੇ ਵਿੱਚ ਜਿਹੜਾ ਨੁਕਸਾਨ ਕਰ ਰਿਹਾ ਅਤੇ ਕਿਸ ਤਰ੍ਹਾਂ ਇਹਨੂੰ ਅਪਰੂਟ ਕੀਤਾ ਜਾਣਾ ਹੈ। ਉਹ ਅਤੇ ਇਸ ਤੋਂ ਖਾਲੀ ਉਹ ਇੱਕ ਜਿਹੜੇ ਬੱਚੇ ਹੈ ਉਸ ਜਿਹੜੇ ਸਟੂਡੈਂਟਸ ਹੋਣਗੇ ਉਹ ਐਜ਼ ਏ ਅੰਬੈਸਡਰ ਕੰਮ ਕਰਨਗੇ, ਉਹ ਜਿੱਥੇ ਆਪਣੇ ਘਰ ਜਾ ਕੇ ਗੱਲ ਕਰਨਗੇ, ਆਪਣੇ ਪਿੰਡ ਦੇ ਵਿੱਚ ਗੱਲ ਕਰਨਗੇ। ਇਹ ਸਾਰਾ ਸਾਡਾ ਪ੍ਰੋਸੈਸ ਹੈ, ਜਿਹੜਾ ਫਸਟ ਫੇਜ਼ ਹੈ ਇੱਕ ਅਵੇਅਰਨੈਸ ਉਹ ਅਸੀਂ ਚਲਾਇਆ ਅਤੇ ਅਸੀਂ ਜਿਹੜਾ 356 ਜਿਹੜੇ ਟੀਚਰਸ ਹੈ ਉਹਨਾਂ ਨੂੰ ਇਹਦੇ ਵਿੱਚ ਟ੍ਰੇਨ ਕੀਤਾ ਜਾ ਰਿਹਾ, ਉਹ ਆਪਣੇ ਆਪਣੇ ਸਕੂਲ ਦੇ ਵਿੱਚ ਜਿਹੜਾ ਹੈ ਐਜ਼ ਜਿਹੜਾ ਨੋਡਲ ਆਫਿਸਰ ਉੱਥੇ ਕੰਮ ਕਰਨਗੇ। ਪਲਾਨ ਤਿਆਰ ਕੀਤਾ ਹੈ ਜਿਹਦੇ ਤਹਿਤ ਤਰਨ ਤਾਰਨ ਡਿਸਟ੍ਰਿਕਟ ਨੂੰ ਨਸ਼ਾ ਮੁਕਤ ਕਰਾਉਣ ਲਈ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਜਿਹੜੀ ਸਫਲ ਵੀ ਜ਼ਰੂਰ ਹੋਊਗੀ। ਜਿੱਦਾਂ ਦਾ ਰਿਸਪੌਂਸ ਆਇਆ ਸਾਨੂੰ ਅੱਜ ਟੀਚਰਾਂ ਵੱਲੋਂ ਅਤੇ ਡਾਕਟਰ ਰਾਣਾ ਨੇ ਜੋ ਇਸ ਚੀਜ਼ ਦੇ ਐਕਸਪਰਟ ਨੇ ਉਹ ਵੀ ਅਸੀਂ ਨਾਲ ਲਿੱਤੇ ਨੇ ਨਤੀਜੇ, ਉਹ ਬਹੁਤ ਵਧੀਆ ਬੱਚਿਆਂ ਨੂੰ ਸਮਝਾਉਣਗੇ ਅਤੇ ਨਾਲ ਟੀਚਰਾਂ ਨੂੰ ਗਾਈਡ ਕਰਨਗੇ ਅਤੇ ਟੀਚਰ ਅੱਗੇ ਜਾ ਕੇ ਬੱਚਿਆਂ ਨੂੰ ਗਾਈਡ ਕਰਨਗੇ ਤਾਂ ਕਿ ਇਸ ਜਿਹੜੀ ਮਾੜੀ ਬਿਮਾਰੀ ਹੈ ਇਹ ਨਸ਼ੇ ਦੀ, ਉਹ ਤੋਂ ਅਸੀਂ ਪੰਜਾਬ ਨੂੰ ਮੁਕਤ ਕਰ। ਤਰਨ ਤਾਰਨ ਤੋਂ ਬਿਊਰੋ ਰਿਪੋਰਟ, KTV।